ਜਦੋਂ ਪੰਜਾਬ ਦੇ ਵਿੱਚ ਮਾਫੀਆ ਰਾਜ ਚੱਲ ਰਿਹਾ ਗਾ, ਪੰਜਾਬ ਸਰਕਾਰ ਦਾ ਖਜ਼ਾਨਾ ਲਗਾਤਾਰ ਖਾਲੀ ਹੋ ਰਿਹਾ, ਪਰ ਮਾਫੀਆ ਰਾਜ ਚਲਾਉਣ ਵਾਲੇ ਕਾਂਗਰਸੀਆਂ ਦਾ, ਕੈਪਟਨ ਦਾ, ਬਾਦਲਾਂ ਦਾ, ਬੀਜੇਪੀ ਵਾਲਿਆਂ ਦਾ ਖਜ਼ਾਨਾ ਭਰ ਰਿਹਾ। ਪਰ ਨਾ ਸਿੱਖਿਆ ਲਈ ਕੋਈ ਬਜਟ ਆ, ਨਾ ਹੈਲਥ ਲਈ ਕੋਈ ਬਜਟ ਆ, ਨਾ ਟਰਾਂਸਪੋਰਟੇਸ਼ਨ ਲਈ ਬਜਟ ਆ, ਨਾ ਪੰਜਾਬ ਦੇ ਲੋਕਾਂ ਲਈ ਬਜਟ ਆ, ਪਰ ਲੇਕਿਨ ਕਿਹਦੇ ਲਈ ਬਜਟ ਆ? ਇਹਨਾਂ ਲਈ, ਆਪਦਿਆਂ ਲਈ ਬਜਟ ਆ। ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਜਾਰੀ ਹੈ ਅਤੇ ਇਸਦੇ ਨਾਲ ਹੀ ਜਾਰੀ ਹੈ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀਆਂ ਦਾ ਰੌਲਾ ਰੱਪਾ। ਬੀਤੇ 2 ਦਿਨਾਂ ਤੋਂ ਇਹ ਰੌਲਾ ਰੱਪਾ ਲਗਾਤਾਰ ਜਾਰੀ ਹੈ। ਪਹਿਲਾਂ ਡੀਜੀਪੀ ਦੇ ਬਿਆਨ ਨੂੰ ਲੈ ਕੇ, ਫਿਰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ ਲੈ ਕੇ ਅਤੇ ਹੁਣ ਪੰਜਾਬ ਵਿੱਚ ਚੱਲ ਰਹੇ ਕਥਿਤ ਮਾਫੀਆ ਰਾਜ ਨੂੰ ਲੈ ਕੇ ਆਮ ਆਦਮੀ ਪਾਰਟੀ ਲਗਾਤਾਰ ਕਾਂਗਰਸ ਖਿਲਾਫ ਆਪਣੀ ਭੜਾਸ ਕੱਢ ਰਹੀ ਹੈ। ਬਜਟ ਇਜਲਾਸ ਦੇ 4th ਦਿਨ ਵੀ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ, ਜਿੱਥੇ ਵਿਧਾਨ ਸਭਾ ਦੇ ਬਾਹਰ ਆਮ ਆਦਮੀ ਪਾਰਟੀ ਨੇ ਕਾਂਗਰਸ ਸਰਕਾਰ ਖਿਲਾਫ ਜੰਮ ਕੇ ਹੰਗਾਮਾ ਕੀਤਾ। ਹੱਥਾਂ ਵਿੱਚ ਤਖਤੀਆਂ ਫੜ ਅਤੇ ਮੂੰਹ ਤੇ ਕਾਲੀਆਂ ਪੱਟੀਆਂ ਬੰਨ ਕੇ ਆਮ ਆਦਮੀ ਪਾਰਟੀ ਨੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਦੋਸ਼ ਲਾਇਆ ਕਿ ਪੰਜਾਬ ਪੂਰੀ ਤਰ੍ਹਾਂ ਮਾਫੀਆ ਰਾਜ ਦੇ ਹੱਥਾਂ ਵਿੱਚ ਖੇਡ ਰਿਹਾ ਹੈ। ਉਹਨਾਂ ਕਿਹਾ ਕਿ ਸੂਬੇ 'ਤੇ ਲਗਾਤਾਰ ਕਰਜ਼ਾ ਵਧਦਾ ਜਾ ਰਿਹਾ ਹੈ, ਪਰ ਮੰਤਰੀਆਂ ਸੰਤਰੀਆਂ ਦਾ ਆਪਣਾ ਖਜ਼ਾਨਾ ਲਗਾਤਾਰ ਭਰ ਰਿਹਾ ਹੈ, ਪਰ ਪੰਜਾਬ ਦਾ ਖਜ਼ਾਨਾ ਹਰ ਸਾਲ ਖਤਮ ਹੁੰਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਇਲਜ਼ਾਮ ਲਗਾਇਆ ਕਿ ਜਿਹੜਾ ਮਾਫੀਆ ਰਾਜ ਸੁਖਬੀਰ ਚਲਾ ਰਿਹਾ ਸੀ, ਉਸ ਨੂੰ ਹੁਣ ਕੈਪਟਨ ਨੇ ਆਪਣੇ ਹੱਥਾਂ ਵਿੱਚ ਲੈ ਲਿਆ। ਦੇਖੋ, ਪੰਜਾਬ ਦੇ ਵਿੱਚ ਮਾਫੀਆ ਰਾਜ ਚੱਲ ਰਿਹਾ ਗਾ, ਪੰਜਾਬ ਸਰਕਾਰ ਦਾ ਖਜ਼ਾਨਾ ਲਗਾਤਾਰ ਖਾਲੀ ਹੋ ਰਿਹਾ, ਪਰ ਮਾਫੀਆ ਰਾਜ ਚਲਾਉਣ ਵਾਲੇ ਕਾਂਗਰਸੀਆਂ ਦਾ, ਕੈਪਟਨ ਦਾ, ਬਾਦਲਾਂ ਦਾ, ਬੀਜੇਪੀ ਵਾਲਿਆਂ ਦਾ ਖਜ਼ਾਨਾ ਭਰ ਰਿਹਾ। ਇਹਨਾਂ ਦੇ ਜਦੋਂ ਵੀ ਕਦੇ ਇਹ ਜਦੋਂ ਵੀ ਆਪਦੀ 5 ਸਾਲਾਂ ਬਾਅਦ ਆਪਦੀ ਨੋਮੀਨੇਸ਼ਨ ਫਾਈਲ ਕਰਦੇ ਨੇ, ਜਦੋਂ ਆਪਦੀ ਜਿਹੜੀ ਆ ਇਨਕਮ ਟੈਕਸ ਦੀ ਰਿਟਰਨ ਪੇਸ਼ ਕਰਦੇ ਨੇ, ਉਦੋਂ ਇਹਨਾਂ ਦਾ ਜਿਹੜਾ ਖਜ਼ਾਨਾ ਗਾ, ਪਰਸਨਲ ਖਜ਼ਾਨਾ ਗਾ, ਉਹ 1000 ਗੁਣਾ, 2000 ਗੁਣਾ ਵਧਿਆ ਹੁੰਦਾ, ਔਰ ਪੰਜਾਬ ਸਰਕਾਰ ਦਾ ਖਜ਼ਾਨਾ ਘਟਿਆ ਹੁੰਦਾ, ਔਰ ਪੰਜਾਬ ਦੇ ਉੱਤੇ ਪੰਜਾਬ ਸਰਕਾਰ 'ਤੇ ਲੋਨ ਆ ਜਿਹੜਾ, ਪੰਜਾਬ 'ਤੇ ਕਰਜ਼ਾ ਜਿਹੜਾ ਹੈਗਾ, ਉਹ ਵਧਿਆ ਹੁੰਦਾ। ਹੁਣ ਤੱਕ 1992 ਤੋਂ ਬਾਅਦ ਹੁਣ ਤੱਕ ਲੈ ਕੇ 2.5 ਲੱਖ ਕਰੋੜ ਦਾ ਕਰਜ਼ਾ ਹੋ ਗਿਆ, ਪੰਜਾਬ 2.5 ਲੱਖ ਕਰੋੜ ਦਾ ਕਰਜ਼ਾ ਹੀ ਹੋ ਗਿਆ, ਪਰ ਲੇਕਿਨ ਇਹਨਾਂ ਦੇ ਹੋਟਲ, ਇਹਨਾਂ ਦੇ ਟਰਾਂਸਪੋਰਟੇਸ਼ਨ ਦੇ ਕੰਮ, ਇਹਨਾਂ ਦੀ ਇੰਡਸਟਰੀ, ਇਹਨਾਂ ਦਾ ਕਾਰੋਬਾਰ ਲਗਾਤਾਰ 1000 ਗੁਣਾ ਵੱਧ ਰਹੇ ਨੇ, ਪਰ ਲੇਕਿਨ ਪੰਜਾਬ ਦਾ, ਪੰਜਾਬ ਦੇ ਲੋਕਾਂ ਦਾ ਕਾਰੋਬਾਰ ਲਗਾਤਾਰ ਘੱਟ ਰਿਹਾ। ਪੰਜਾਬ ਦੇ ਲੋਕਾਂ ਨੂੰ ਕੋਈ ਸਹੂਲਤ ਨਹੀਂ, ਪੰਜਾਬ ਦੇ ਲੋਕ ਜਿਹੜੇ ਹੈਗੇ ਨੇ ਕਿ ਕੈਂਸਰ ਨਾਲ, ਕਾਲੇ ਪੀੜੀਏ ਨਾਲ, ਪਤਾ ਨਹੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੇ ਨਾਲ ਲਗਾਤਾਰ ਮਰ ਰਹੇ ਨੇ ਇਲਾਜ ਤੋਂ ਬਿਨਾਂ। ਪੰਜਾਬ ਦੇ ਬੱਚੇ ਨੇ ਜਿਹੜੇ ਉਹ ਪੜ੍ਹਾਈ ਤੋਂ ਬਿਨਾਂ ਰਹਿ ਰਹੇ ਨੇ ਕਿ ਪੰਜਾਬ ਵਿੱਚ ਕੋਈ ਕੁਆਲਿਟੀ ਦੀ ਐਜੂਕੇਸ਼ਨ ਹੈ ਨਹੀਂ, ਕੋਈ ਗੁਣਾਤਮਕ ਐਜੂਕੇਸ਼ਨ ਹੈ ਨਹੀਂ। ਸੋ ਮੇਰਾ ਕਹਿਣ ਦਾ ਭਾਵ ਆ, ਨਾ ਸਿੱਖਿਆ ਲਈ ਕੋਈ ਬਜਟ ਆ, ਨਾ ਹੈਲਥ ਲਈ ਕੋਈ ਬਜਟ ਆ, ਨਾ ਟਰਾਂਸਪੋਰਟੇਸ਼ਨ ਲਈ ਬਜਟ ਆ, ਨਾ ਪੰਜਾਬ ਦੇ ਲੋਕਾਂ ਲਈ ਬਜਟ ਆ, ਪਰ ਲੇਕਿਨ ਕਿਹਦੇ ਲਈ ਬਜਟ ਆ? ਇਹਨਾਂ ਲਈ, ਆਪਦਿਆਂ ਲਈ ਬਜਟ ਆ। ਇਹਨਾਂ ਨੇ ਮਾਫੀਆ ਰਾਜ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਪੈਦਾ ਕੀਤਾ ਸੀ, ਅੱਜ ਉਸ ਮਾਫੀਆ ਰਾਜ ਨੂੰ ਕੈਪਟਨ ਸਾਹਿਬ ਚਲਾ ਰਹੇ ਨੇ। ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 4 ਮਾਰਚ ਤੱਕ ਚੱਲੇਗਾ ਅਤੇ ਇਸ ਦੌਰਾਨ ਇਸੇ ਤਰ੍ਹਾਂ ਰੌਲਾ ਰੱਪਾ ਪੈਣ ਦੇ ਆਸਾਰ ਪੂਰੀ ਤਰ੍ਹਾਂ ਬਣੇ ਹੋਏ ਨੇ। ਵਿਰੋਧੀ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਨੂੰ ਘੇਰਨ ਦਾ ਪੂਰਾ ਮਨ ਬਣਾਏ ਹੋਏ ਨੇ, ਪਰ ਆਉਣ ਵਾਲੇ ਦਿਨਾਂ ਵਿੱਚ ਕੈਪਟਨ ਸਰਕਾਰ ਇਹ ਵਿਰੋਧੀਆਂ ਨੂੰ ਸ਼ਾਂਤ ਕਰਨ ਲਈ ਕੀ ਕੁਝ ਕਰਦੀ ਹੈ, ਇਸ 'ਤੇ ਨਜ਼ਰਾਂ ਬਣੀਆਂ ਰਹਿਣਗੀਆਂ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।